ਸਾਤਿਅਿਕ ਹਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮਹਾਰਪੀ ਸਿੰਘ ਮਠਾੜੂ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਝਟਕਾ ਸਰਕਾਰ ਨੇ ਜਾਰੀ ਕੀਤਾ ਵੱਡਾ ਬਿਆਨ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖਬਰ ਹੈ ਕੈਨੇਡਾ ਨੇ ਕਿਹਾ ਕਿ ਭਾਰਤੀਆਂ ਲਈ 38000 ਵੀਜ਼ਾ ਵਿੱਚੋਂ ਉਹ ਇਸ ਸਾਲ ਦਸੰਬਰ ਦੇ ਅੰਤ ਤੱਕ ਸਿਰਫ 20000 ਨੂੰ ਹੀ ਪ੍ਰੋਸੈਸ ਕਰ ਸਕਣਗੇ ਕਿਉਂਕਿ ਹਾਲੀ ਦੇ ਵਿੱਚ ਜ਼ਮੀਨੀ ਪੱਧਰ ਤੇ ਸਟਾਫ ਦੀ ਕਮੀ ਕੀਤੀ ਗਈ ਹੈ ਸੀਆਈਸੀ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਹਫ਼ਤੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਬਾਰੇ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਭਾਰਤ ਵਿੱਚ ਜ਼ਮੀਨੀ ਵੀਜ਼ਾ ਦਾ ਕੰਮ ਕਰਨ ਲਈ ਹੁਣ ਸਿਰਫ 5 ਮੈਂਬਰ ਹਨ ਇਮੀਗ੍ਰੇਸ਼ਨ ਐਂਡ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਜੋ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਦਾ ਹੈ ਨੇ ਇਸ ਮਹੀਨੇ ਆਪਣੇ ਸਟਾਫ ਦੀ ਗਿਣਤੀ 27 ਤੋਂ ਘਟਾ ਕੇ ਸਿਰਫ 5 ਮੈਂਬਰ ਕਰ ਦਿੱਤੀ ਹੈ ਜਦੋਂ ਭਾਰਤ ਨੇ ਕੂਟਨੀਤਿਕ ਸਮਾਨਤਾ ਦੀ ਮੰਗ ਕਰਦੇ ਹੋਏ ਕੈਨੇਡਾ ਨੂੰ ਆਪਣੇ 41 ਡਿਪਲੋਮੇਟਾਂ ਨੂੰ ਵਾਪਸ ਬੁਲਾਉਣ ਦੀ ਕਿਹਾ ਸੀ ਅਗਲੀ ਖਬਰ ਹੈ ਪੰਜਾਬ ਸਮੇਤ ਇਹਨਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ ਅੰਤਰਰਾਸ਼ਟਰੀ ਮੰਡਰ ਤੇ ਕੱਚੇ ਤੇਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ ਪਿਛਲੇ ਕਾਰੋਬਾਰੀ ਸੈਸ਼ਨ ਦੀ ਗੱਲ ਕਰੀਏ ਤਾਂ ਬ੍ਰੈਂਟ ਐਰ ਤੇ ਕਰੂਡ 'ਚ ਕਰੀਬ 2 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਘਰੇਲੂ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ 27 ਅਕਤੂਬਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾ ਵਾਂਗ ਹੀ ਬਰਕਰਾਰ ਹਨ ਇਸ ਤੋਂ ਇਲਾਵਾ ਪੰਜਾਬ, ਮਿਜ਼ੋਰਮ, ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਪੰਜਾਬ ਦੇ ਗਠਾਨਕੋਟ ਵਿੱਚ ਪੈਟਰੋਲ ਦੀ 99 ਰੁਪਏ ਪ੍ਰਤੀ ਲੀਟਰ ਹੈ ਜਦਕਿ ਪਟਿਆਲਾ ਵਿੱਚ 98 ਰੁਪਏ ਹੈ ਇਸ ਦੇ ਨਾਲ ਹੀ ਰੂਪਨਗਰ, ਸੰਗਰੂਰ ਤੇ ਮਹਾਲੀ ਵਿੱਚ ਕਰਮਵਾਰ 92 ਰੁਪਏ 90 ਪੈਸੇ, 98 ਰੁਪਏ 22 ਪੈਸੇ ਅਤੇ 98 ਰੁਪਏ ਔਰ 69 ਪੈਸੇ ਹੈ ਹੋਰ ਨਾ ਸੂਬਿਆਂ ਦੀ ਗੱਲ ਕਰੀ ਤਾਂ ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਕੀਮਤ 'ਚ 52 ਪੈਸੇ ਤੇ ਡੀਜ਼ਲ ਦੀ ਕੀਮਤ 'ਚ 46 ਪੈਸੇ ਦੀ ਕ੍ਰਾਫਟ ਦੇਖਣ ਨੂੰ ਮਿਲੀ ਹੈ। ਦਿਵਾਲੀ ਮੌਕੇ ਪੰਜਾਬੀਆਂ ਨੂੰ ਵੱਡਾ ਸੁਆਦ ਦੇਣ ਦੀ ਤਿਆਰੀ 'ਚ ਕੇਂਦਰ ਸਰਕਾਰ ਰੇਲਵੇ ਬੋਰਡ ਵੱਲੋਂ ਫਿਰੋਜ਼ਪੁਰ ਡਿਵੀਜ਼ਨ ਮੰਡਲ 'ਚ ਇੱਕ ਹੋਰ ਬੰਦੇ ਭਾਰਤ ਐਕਸਪ੍ਰੈਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਅੰਮ੍ਰਿਤਸਰ ਨਵੀਂ ਦਿੱਲੀ ਟਰੈਕ ਤੇ ਚੱਲੇਗੀ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਵੱਲੋਂ ਇਸ ਸੰਬੰਧੀ ਤਕਨੀਕੀ ਜਾਂਚ ਤੋਂ ਬਾਅਦ ਟ੍ਰੇਨ ਦੀ ਸਮਾਸਾਰਣੀ ਸਟਾਫ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ ਜਦਕਿ ਰੇਲ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਮੌਕੇ ਤੇ ਵਿਭਾਗ ਵੱਲੋਂ ਟ੍ਰੇਨ ਚਲਾ ਕੇ ਤੋਹਫੇ ਵਜੋਂ ਦਿੱਤਾ ਜਾ ਸਕਦਾ ਹੈ ਰੇਲ ਯਾਤਰੀ 450 ਕਿਲੋਮੀਟਰ ਦਾ ਸਫ਼ਰ 5 ਘੰਟਿਆਂ ਵਿੱਚ ਤੈਅ ਕਰਨਗੇ ਇਹ ਟ੍ਰੇਨ 16 ਡੱਬਿਆਂ ਵਾਲੀ ਹੋਵੇਗੀ ਜੋ ਹਫ਼ਤੇ 'ਚ 6 ਦਿਨ ਚੱਲੇਗੀ ਇਸ ਰੂਟ ਤੇ ਸਿਰਫ ਲੁਧਿਆਣਾ ਤੇ ਅੰਮ੍ਰਾਲਾ ਨੂੰ ਹੀ ਸਟਾਪ ਦਿੱਤੇ ਜਾ ਰਹੇ ਹਨ ਜਦੋਂ ਕਿ ਸਾਨੇਵਾਲ ਤੋਂ ਪਾਸ ਦਿੱਤਾ ਜਾਵੇਗਾ ਫਿਲਹਾਲ ਜਲੰਧਰ ਅਤੇ ਬਿਆਸ 'ਚ ਸਟਾਪੇਜ ਨਹੀਂ ਰੱਖਿਆ ਗਿਆ ਲੁਧਿਆਣਾ ਤੇ ਅੰਬਾਲਾ 'ਚ ਸਿਰਫ 2 ਮਿੰਟ ਦਾ ਸਟਾਪ ਦਿੱਤਾ ਗਿਆ ਹੈ ਟ੍ਰੇਨ ਅਮਰਸਰ ਤੋਂ ਸਵੇਰੇ 7:55 ਤੇ ਚੱਲੇਗੀ ਜੋ ਲੁਧਿਆਣਾ 9:30 ਤੇ ਪਹੁੰਚੇਗੀ ਸਾਨੇਵਾਲ 'ਚ 2 ਮਿੰਟ ਦੇ ਰੁਕਣ ਤੋਂ ਬਾਅਦ 9:50 ਤੋਂ ਪਾਸ ਕਰੇਗੀ ਅਤੇ ਅੰਬਾਲਾ 10:50 ਮਿੰਟ ਤੇ ਪਹੁੰਚੇਗੀ ਉੱਥੇ ਵੀ 2 ਮਿੰਟ ਰੁਕਣ ਤੋਂ ਬਾਅਦ ਨਵੀਂ ਦਿੱਲੀ 1:05 ਮਿੰਟ ਤੇ ਪਹੁੰਚੇਗੀ ਵਾਪਸੀ ਤੇ ਟ੍ਰੇਨ ਨਵੀਂ ਦਿੱਲੀ ਤੋਂ ਦੁਪਹਿਰ 1:40 ਤੇ ਰਵਾਨਾ ਹੋਵੇਗੀ ਅਤੇ 3:50 ਤੇ ਅੰਬਾਲਾ ਤੇ 4:59 ਤੇ ਲੁਧਿਆਣਾ ਪਹੁੰਚੇਗੀ ਤੇ ਲੁਧਿਆਣਾ ਤੋਂ ਚੱਲ ਕੇ 6:50 ਤੇ ਅੰਮ੍ਰਿਤਸਰ ਦੇ ਵਿੱਚ ਪਹੁੰਚੇਗੀ। ਹੁਸ਼ਿਆਰਪੁਰ ਚ ਕੋਹਫਨਾਕ ਘਟਨਾ ਜੌਂਦੀਗਾਂ ਨੂੰ ਟਰੈਕਟਰ ਪਿੱਛੇ ਬੰਨ ਕੇ ਘੜੀਸਿਆ ਮਲਤਮ ਸੀਸੀਟੀਵੀ ਵਿੱਚ ਕੈਦ। ਨਜ਼ਦੀਕੀ ਪਿੰਡ ਜਹਾਨਖੇਲਾ ਵਿੱਚ ਇੱਕ ਵਿਅਕਤੀ ਵੱਲੋਂ ਜੌਂਦੀਗਾਂ ਨੂੰ ਆਪਣੇ ਟਰੈਕਟਰ ਪਿੱਛੇ ਬੰਨ ਕੇ ਘੜੀਸਣ ਦਾ ਖੌਫਨਾਕ ਮੰਜ਼ਰ ਸਾਹਮਣੇ ਆਇਆ ਹੈ। ਰਾਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਸਾਰੀ ਘਰਤੂਤ ਕੈਦ ਹੋ ਗਈ ਪਸ਼ੂਆਂ ਤੇ ਬੇਜਵਾਨਾਂ ਦੀ ਰੱਖਿਆ ਲਈ ਕਾਰਸ਼ੀਲ ਸੰਸਥਾ ਵਾਈਸਲੈਸ ਸੈਕੰਡ ਇਨਿੰਗ ਹੋਮ ਦੇ کارਗੁੰਨਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਾਂ ਦਾ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾ ਕੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ ਜਾਣਕਾਰੀ ਅਨੁਸਾਰ ਵਾਈਸਲੈਸ ਸੈਕੰਡ ਇਨਿੰਗ ਹੋਮ ਦੇ کارਗੁੰਨਾਂ ਨਵੀਨ ਗੌਰਵ ਸੰਜੀਵ ਜੋਸ਼ੀ ਆਦ ਨੇ ਪਸ਼ੂਨ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਹਾਨ ਖੇਲਾ ਦੇ ਬਾਹਰ-ਬਾਰ ਇੱਕ ਬੁਰੀ ਤਰ੍ਹਾਂ ਜ਼ਖਮੀ ਗਾਂ ਬਈ ਹੈ ਉਸਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚੇ ਤਾਂ ਲਿੰਕ ਸੜਕ ਦੇ ਕਾਫੀ ਦੂਰ ਗਾਂ ਦੇ ਕਿਸੜਨ ਨਾਲ ਲੱਗੇ ਖੂਨ ਦੇ ਨਿਸ਼ਾਨ ਪਾਏ ਗਏ ਸਨ ਅਗਲੀ ਖਬਰ ਪੰਜਾਬ 'ਚ ਦੀਵਾਲੀ ਗੁਰਪੁਰਬ 크ਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਦਾ ਸਮਾਂ ਨਰਧਾਰਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਦਿਵਾਲੀ ਗੁਰਪੁਰਬ 크리스마ਸ ਅਤੇ ਨਵੇਂ ਸਾਲ ਮੌਕੇ ਥੋੜੇ ਸਮੇਂ ਲਈ ਸਿਰਫ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤੇਹਰ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਕੇਂਦਰੀ ਵਾਤਾਵਰਨ ਜਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਹਦਾਇਤਾਂ ਦੀ ਪਾਲਣਾ ਕਰਦੇ ਹਾਂ ਸੂਬਾ ਸਰਕਾਰ ਹਰੇ ਪਟਾਕੇ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਦੀਵਾਲੀ ਗੁਰਪੂਰਵ 크리스마ਸ ਅਤੇ ਨਵੇਂ ਸਾਲ ਸਮੇਤ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ ਇਸ ਦੌਰਾਨ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਸਿਰਫ ਹਰੇ ਪਟਾਕਿਆਂ ਦੀ ਹੀ ਇਜਾਜ਼ਤ ਦੇਵੇਗਾ ਮੀਤਰ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ 10 ਵਜੇ ਤੱਕ ਗੁਰਪੂਰਵ ਵਾਲੇ ਦਿਨ ਸਵੇਰੇ 4 ਤੋਂ 5 ਵਜੇ ਅਤੇ ਰਾਤ ਨੂੰ 9 ਤੋਂ 10 ਵਜੇ ਤੱਕ 크리스마ਸ ਤੇ ਰਾਤ 11:55 ਮਿੰਟ ਤੋਂ 12:30 ਤੱਕ ਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਰਾਤ 11:55 ਮਿੰਟ ਤੋਂ ਸਵੇਰੇ 12:30 ਵਜੇ ਤੱਕ ਸਿਰਫ ਹਰੀ ਪਟਾਕੇ ਹੀ ਚਲਾਏ ਜਾ ਸਕਦੇ ਹਨ। ਅਗਲੀ ਖਬਰ ਪੰਜਾਬ ਚ 600 ਕਰੋੜ ਰੁਪਏ ਨਾਲ ਕੰਪਰੈਸਡ ਬਾਇਓ ਗੈਸ ਪ੍ਰੋਜੈਕਟ ਕੀਤੇ ਜਾਣਗੇ ਸਥਾਪਤ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਸੂਬੇ ਵਿੱਚ 10 ਕੰਪਰੈਸਡ ਬਾਇਓ ਗੈਸ ਪ੍ਰੋਜੈਕਟ ਲਗਾਉਣ ਲਈ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨਾਲ ਸਮਝੌਤਾ ਸਹੀ ਬੱਧ ਕੀਤਾ ਹੈ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਸਖਤਰ ਡਾਕਟਰ ਰਵੀ ਭਗਤ ਦੀ ਮੌਜੂਦਗੀ ਵਿੱਚ ਖੇਡਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਅਮਰਪਾਲ ਸਿੰਘ ਅਤੇ ਐਚਪੀਐਸ ਐਚਪੀਸੀਐਲ ਦੇ ਕਾਰਜਕਾਰੀ ਨਿਰਦੇਸ਼ਕ ਸ਼ਿਵੰਦੂ ਗੁਪਤਾ ਵੱਲੋਂ ਸਮਝੌਤੇ ਦੇ ਹਿੱਸਾਕਾਰ ਕੀਤੇ ਗਏ ਹਨ ਉਹਨਾਂ ਨੇ ਦੱਸਿਆ ਕਿ ਐਚਪੀਸੀਐਲ ਵੱਲੋਂ ਸ਼ੁਰੂ ਵਿੱਚ ਲਗਭਗ 600 ਕਰੋੜ ਦੇ ਨਵਿਸ਼ੇਨਾਲ 10 ਕੰਪਰੈਸਡ ਬਾਇਓਗੈਸ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਸੂਬੇ ਵਿੱਚ ਹੋਰ ਨਵੀਂ ਤੇ ਨਵਿਆਉਣ ਜੋ ਗੁਰਜਾ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ ਅਗਲੀ ਖਬਰ ਹੁਸ਼ਾਰਪੁਰ ਚ ਵਿਅਕਤੀ ਨੇ ਘਰ ਦੇ ਬਾਹਰ ਫਾਹਾ ਲੈ ਕੇ ਦਿੱਤੀ ਜਾਨ ਪੁਲਿਸ ਵੱਲੋਂ ਜਾਂਚ ਜਾਰੀ ਨਜ਼ਦੀਕੀ ਪਿੰਡ ਕਹਾਰਪੁਰ ਵਿੱਚ ਦੇਰ ਰਾਤ ਵਿਅਕਤੀ ਨੇ ਗੇਟ ਨਾਲ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਕਹਾਰਪੁਰ ਦੇ ਸਰਪੰਚ ਗਿਆਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪੰਚਾਇਤ ਮੈਂਬਰ ਮਨਿੰਦਰ ਸਿੰਘ ਦਾ ਫੋਨ ਆਇਆ ਕਿ ਉਹਨਾਂ ਦੇ ਘਰ ਲੱਗੀ ਗੇਟ ਦੇ ਨਾਲ ਮਹੰਤ ਨੇ ਫਹਾ ਲਗਾ ਕੇ ਲਗਾ ਲਿਆ ਸਰਪੰਚ ਮੁਤਾਬਕ ਜਦੋਂ ਹੁ ਮੌਕੇ ਤੇ ਗਏ ਤਾਂ ਗੇਟ ਤੇ লাশ ਲਟਕ ਰਹੀ ਸੀ ਇਸ ਬਾਰੇ ਥਾਣਾ ਇੰਚਾਰਜ ਮਾਹਿਰਪੁਰ ਗਿੰਦ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਹ ਮੌਜੂਦ ਪੂਜੇ ਤੇ লাশ ਕਬਜ਼ੇ ਦੇ ਵਿੱਚ ਲੈ ਕੇ شناخت ਲਈ ਰਖਵਾ ਦਿੱਤੀ ਹੈ ਜਾਂਚ ਮਗਰੋਂ ਕਾਰਵਾਈ ਹੋਵੇਗੀ ਅਗਲੀ ਖਬਰ ਮਲੇਰ ਕੋਟਲਾ ਤੋਂ 2 ਕੁਇੰਟਲ ਭੁੱਕੀ ਚੂਰਾ ਟਰੱਕ ਤੇ ਕਾਰ ਸਮੇਤ ਤਿੰਨ ਵਿਅਕਤੀ ਕਾਬੂ ਕੀਤੇ ਗਏ ਹਨ ਤੁੰਦਾਜ਼ੀ ਦੇ ਜ਼ਿਲ੍ਹਾ ਪੁਲਿਸ ਮੁਖੀ ਗੁਰਸਰਨ ਸਿੰਘ ਗਰੇਵਾਲ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਖਿਲਾਫ ਵਿੱਡੀ ਮਹਿੰਮ ਨੂੰ ਸਫਲਤਾ ਮਿਲੀ ਜਦ ਤੇ ਜੀਤ ਦੇਵ ਸਿੰਘ ਬਿਸ਼ਨੋਈ ਕਪਤਾਨ ਪੁਲਿਸ ਮਲੇਰਗੋਡਲਾ ਦੀ ਨਿਗਰਾਨੀ ਤਹਿਤ ਇੰਸਪੈਕਟਰ ਹਰਜਿੰਦਰ ਸਿੰਘ ਅੰਚਾਰ ਸੀ ਹੈ ਸਟਾਫ ਮਹਰੋਣਾ ਦੀ ਟੀਮ ਵੱਲੋਂ 2 ਕੁਇੰਟਲ 12 ਕਿਲੋਗ੍ਰਾਮ ਪੁੱਕੀ ਚੂਰਾ ਸਮੇਤ ਤਿੰਨ ਵਿਅਕਤੀ ਨੂੰ ਟਰੱਕ ਅਤੇ ਕਾਰ ਸਮੇਤ ਵੱਖ-ਵੱਖ ਤਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਗਲੀ ਖਬਰ ਤਾਰਨਤਾਰਨ ਤੋਂ ਤਾਰਨਤਾਰਨ ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੀ ਮਹਿਲਾ ਗ੍ਰਫਤਾਰ। ਥਾਣਾ ਖਾਲੜਾ ਦੀ ਪੁਲਿਸ ਨੇ ਗੁਟਕਾ ਸਾਹਿਬ ਦੇ ਅੰਗ ਗਲੀ ਵਿੱਚ ਖਿਲਾਰ ਕੇ ਤੇ ਸਾੜ ਕੇ ਬੇਅਦਬੀ ਕਰਨ ਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਵਿਸ਼ਾਲਜੀਤ ਸਿੰਘ ਪੀਪੀਐਸਐਸਪੀ ਇਨਵੈਸਟੀਗੇਸ਼ਨ ਤਾਰਨਤਾਰਨ ਅਤੇ ਪ੍ਰੀਤਿੰਦਰ ਸਿੰਘ ਡੀਐਸਪੀ ਵਿਖੀ ਵੈਂਡ ਇੰਸਪੈਕਟਰ ਬਲਵਿੰਦਰ ਸਿੰਘ ਮੁਖ ਅਫਸਰ ਥਾਣਾ ਖਾਲੜਾ ਤੇ ਪੁਲਿਸ ਟੀਮ ਨੂੰ 25 ਅਕਤੂਬਰ ਨੂੰ ਘਾਟੀ ਵਾਲੀ ਗਲੀ ਖਾਲੜਾ ਵਿੱਚ ਗੁਟਕਾ ਸਾਹਿਬ ਦੇ ਅੰਗ ਕਿੱਲਰੇ ਹੋਏ ਦੀ ਖਬਰ ਮਿਲੀ ਸੂਚਨਾ ਮਿਲਦੇ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨਾਂ ਤੇ ਮਕਦਮਾ ਥਾਣਾ ਕਾਲੜਾ ਵਿਖੇ ਦਰਜ ਕੀਤਾ ਗਿਆ ਉਕਤ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਆ ਦੋਸ਼ੀ ਸੁਖਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਘਾਟੀ ਵਾਲੀ ਖਾ ਗਲੀ ਖਾਲੜਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਦੋ ਹੋਰ ਗੋਟਕਾ ਸਮੇਤ ਬਰਾਮਦ ਹੋਏ ਆ ਦੋਸ਼ੀ ਸੁਖਵਿੰਦਰ ਕੌਰ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦਿਲੀ ਮਿਹਰਬਾਨੀ ਧੰਨਵਾਦ ਜੀ